ਉਧਰੋਂ ਕੰਟਰੀ ਸਾਈਡ ਤੋਂ ਹੁੰਦੇ ਹੋਏ ਇੱਧਰ ਵੜ ਗਏ, ਆ ਗਏ ਇੱਧਰ ਘਰਾਂ ਦੇ ਵਿੱਚ। ਇਹ ਹੈ ਬਿਊਟੀ ਜਦੋਂ ਤੁਸੀਂ ਇਹੋ ਜਿਹੇ ਏਰੀਏ 'ਚ ਰਹਿੰਦੇ ਹੋ ਜਿੱਥੇ ਤੁਹਾਡੇ ਵਧੀਆ ਵਧੀਆ ਜਗ੍ਹਾ ਹੋਵੇ, ਵਾਕ ਕਰਨ ਲਈ ਹੋਵੇ, ਰਨਿੰਗ ਕਰਨ ਲਈ ਹੋਵੇ, ਸਾਈਕਲ ਚਲਾਉਣ ਲਈ ਹੋਵੇ। ਇਹ ਦੇਖ ਕੇ ਵੈਸੇ ਹੀ ਬੰਦਾ ਫਰੈਸ਼ ਹੋ ਜਾਂਦਾ। ਦੇਖੋ ਜਰਾ, UK 'ਚ ਲੋਕਡਾਊਨ 1 ਸਾਲ ਹੋ ਗਏ UK 'ਚ ਲੋਕਡਾਊਨ ਨੂੰ। ਇਹ ਮਾਰਚ ਚੱਲ ਰਹੀ ਹੈ, ਐਂਡ ਆਫ ਮਾਰਚ ਹੈ, ਅਤੇ ਲਾਸਟ ਮਾਰਚ ਨੂੰ ਸਟਾਰਟ ਹੋਇਆ ਸੀ। ਸਾਰਿਆਂ ਨੂੰ ਪਤਾ ਹੀ ਹੈ, ਜਿਨ੍ਹਾਂ ਨੂੰ ਥੋੜ੍ਹਾ ਜਿਹਾ ਪਤਾ, UK ਦੇ ਅਰਾਊਂਡ ਉਹੀ ਟਾਈਮ ਇੰਡੀਆ ਦੇ ਵਿੱਚ ਸਟਾਰਟ ਹੋਇਆ ਸੀ। ਬਟ ਇੱਥੇ UK ਦਾ ਇਹ ਹਾਲ ਸੀ ਕਿ ਔਨ ਐਂਡ ਆਫ, ਮਤਲਬ 1 ਮਹੀਨਾ ਰਿਸਟ੍ਰਿਕਸ਼ਨ ਹਟ ਗਏ, ਫਿਰ ਲੋਕਡਾਊਨ ਲੱਗ ਗਿਆ। ਸੋ ਇਹਦੇ ਕਰਕੇ ਤੁਸੀਂ ਲਾ ਸਕਦੇ ਹੋ ਕਿ ਟੋਟਲ 1 ਸਾਲ ਹੀ ਲੋਕਡਾਊਨ ਦੇ ਅੰਦਰ ਹੀ ਰਿਹਾ, ਨਾ ਕਿਤੇ ਜਾ ਸਕਦੇ। ਬਟ ਹੋਪਫੁਲੀ ਅਸੀਂ ਐਜ਼ ਆ ਫੈਮਿਲੀ ਜਦੋਂ ਲੋਕਡਾਊਨ ਖੁੱਲ੍ਹਿਆ ਸੀ, ਰਿਸਟ੍ਰਿਕਸ਼ਨ ਈਜ਼ ਆਫ ਹੋਈਆਂ ਸੀ, ਅਸੀਂ ਥੋੜ੍ਹਾ ਜਿਹਾ ਜਾ ਆਏ। ਜਿਵੇਂ ਅਸੀਂ ਆਸਟ੍ਰੇਲੀਆ ਦਾ ਟ੍ਰਿਪ ਮਾਰ ਲਿਆ ਸੀ, ਸਪੇਨ ਜਾ ਆਏ ਸੀ, ਅਤੇ ਹਾਂ ਬਸ ਇਹ 1-2 ਟ੍ਰਿਪ ਬਚ ਗਿਆ ਸੀ ਵਧੀਆ ਰੋਡ ਟ੍ਰਿਪ। ਅਤੇ ਵਰਕਆਊਟ ਦੀ ਐਸੀ ਕੀ ਤੈਸੀ ਹੋਈ ਪਈ ਹੈ, ਐਸੀ ਕੀ ਤੈਸੀ ਇਹ ਹੋਈ ਹੋਈ ਹੈ ਕਿ ਜਿਹੜੇ ਵਰਕ ਫਰੋਮ ਹੋਮ ਕਰਦੇ ਆ ਉਹਨਾਂ ਨੂੰ ਪਤਾ ਹੈ ਕਿ ਪੂਰਾ ਟਾਈਮ, ਹੁਣ ਸਾਡੇ ਵਰਗੇ ਜੇ ਮੈਂ IT 'ਚ ਕੰਮ ਕਰਦਾ, ਮੈਂ ਐਵਰੀ ਇੱਕ ਸਾਲ ਲਾ ਲਓ ਬਾਹਰ ਨਹੀਂ ਗਏ, ਕਿਉਂਕਿ ਮੈਂ ਸੈਂਟਰ ਲੰਡਨ 'ਚ ਕੰਮ ਕਰਦਾ। ਤਾਂ ਉਦੋਂ ਕੀ ਸੀ ਕਿ ਤੁਸੀਂ ਟ੍ਰੇਨ 'ਚ ਜਾਂਦੇ ਸੀ, ਜਾਂ ਮੈਂ ਸੈਂਟਰ ਲੰਡਨ ਜਾਂਦਾ ਸੀ ਤਾਂ ਵਾਕ ਵੂਕ ਹੋ ਜਾਂਦੀ ਸੀ, ਪਰ ਹੁਣ ਤਾਂ ਘਰ ਬੈਠੇ ਹਾਂ, ਬਿਲਕੁਲ ਵਰਕਆਊਟ ਨਹੀਂ ਹੋ ਰਿਹਾ। ਸੋ 1 ਸਾਲ ਬਾਅਦ, ਅਰਾਊਂਡ 11 ਮਹੀਨਿਆਂ ਬਾਅਦ ਮੈਂ ਸਟਾਰਟ ਕੀਤਾ, ਹੌਸਲਾ ਕੀਤਾ ਕਿ ਯਾਰ ਨਹੀਂ ਜਾਣਾ ਹੈ, ਕਿਉਂਕਿ ਇਹ ਜ਼ਰੂਰੀ ਹੈ। ਬਹੁਤ ਕੁਛ ਹੋਇਆ 1 ਸਾਲ ਦੇ ਵਿੱਚ, ਅੱਗੇ ਅੱਗੇ ਗੱਲ ਕਰਦੇ, ਨਾਲੇ ਤੁਹਾਨੂੰ ਦਿਖਾਉਂਦਾ ਮੈਂ। ਕਦੋਂ ਦਾ ਸੋਚਦਾ ਯਾਰ ਭੱਜਣ ਜਾਣਾ, ਰਨਿੰਗ 'ਤੇ ਸਟਾਰਟ ਕਰਨੀ ਹੈ, ਰਨਿੰਗ ਸਟਾਰਟ ਕਰਨੀ ਹੈ, ਬਸ ਕਰਦੇ ਕਰਦੇ 1 ਸਾਲ ਹੋ ਗਿਆ। ਇੰਨੀ ਜ਼ਿਆਦਾ ਲਾਈਫ ਬਿਜ਼ੀ ਹੈ, ਵੀਡੀਓ ਵੀ ਨਹੀਂ ਬਣਦੀ। ਮੈਨੂੰ ਨਹੀਂ ਪਤਾ ਕਿਵੇਂ ਸਾਰੇ ਹੋਰ ਜਿਹੜੇ ਵੀ ਯੂਟਿਊਬਰ ਆ ਜਾਂ ਵੀਡੀਓ ਬਣਾਉਂਦੇ ਆ, ਬਟ ਆਪਣੇ ਤੋਂ ਵੀਡੀਓ ਨਹੀਂ ਬਣੀ 2-3 ਮਹੀਨੇ ਹੋ ਗਏ। ਬਟ ਫਿਰ ਇਹ ਸੋਚਿਆ ਵੀ ਯਾਰ ਹੁਣ ਤਾਂ ਬਣਾਈਏ, 1 ਸਾਲ ਹੋ ਗਿਆ ਲੋਕਡਾਊਨ ਦਾ, ਕੀ ਕੀਤਾ। ਵੈਸੇ ਜ਼ਿਆਦਾ ਤਾਂ ਪਤਾ ਨਹੀਂ ਹੈਗਾ, ਬਟ ਲੋਕਡਾਊਨ ਦਾ 1 ਬਹੁਤ ਫਾਇਦਾ ਹੋਇਆ ਕਿ ਫੈਮਿਲੀਜ਼ ਬਹੁਤ ਜ਼ਿਆਦਾ ਕਲੋਜ਼ ਆ ਗਈਆਂ, ਬਹੁਤ ਜ਼ਿਆਦਾ। ਕਿਉਂਕਿ ਜਦੋਂ ਸਵੇਰੇ ਜਾਣਾ ਕੰਮ 'ਤੇ, ਸ਼ਾਮ ਨੂੰ ਮਿਲਣਾ, ਅਤੇ ਥੋੜ੍ਹੀ ਦੇਰ ਬੈਠਣਾ, ਰੋਟੀ ਖਾਣੀ ਹੈ, ਫਿਰ ਰੂਟੀਨ ਹੋ ਗਈ। ਬਟ ਲੋਕਡਾਊਨ ਦਾ ਹੁਣ ਫਾਇਦਾ ਇਹ ਹੋਇਆ ਹੈ ਕਿ ਐਵਰੀ ਡੇ ਸੇਮ, ਬਟ ਚਿਕ ਚਿਕ ਵੀ ਬਹੁਤ ਹੋਈ ਹੈ। ਸਾਰਿਆਂ ਨੂੰ ਪਤਾ ਹੀ ਹੈ ਵੀ ਜਦੋਂ ਘਰ ਸਾਰੇ ਜਣੇ ਇੱਕਦਮ ਇਕੱਠੇ ਹੋ ਜਾਣ ਤਾਂ ਭਾਂਡੇ ਤਾਂ ਥੋੜ੍ਹੇ ਬਹੁਤੇ ਖੜਕਦੇ ਹੈ, ਅਤੇ ਇਹ ਵੀ ਲੋਕਾਂ ਦੇ ਬਹੁਤ ਭਾਂਡੇ ਖੜਕੇ ਹੈ। ਬਟ ਅਗਰ ਆਪਾਂ ਪੋਜ਼ੀਟਿਵ ਵੇ ਨਾਲ ਦੇਖੀਏ ਤਾਂ ਬਹੁਤ ਫਾਇਦਾ ਹੋਇਆ, ਫੈਮਿਲੀਜ਼ ਕਲੋਜ਼ ਆਈਆਂ ਹੈ, ਖਰਚੇ ਬਚੇ ਹੈ, ਤੁਸੀਂ ਬਾਹਰ ਨਹੀਂ ਗਏ ਜਿਹੜੇ ਘਰੋਂ ਕੰਮ ਕਰ ਸਕਦੇ ਹਾਂ। ਬਟ ਨੁਕਸਾਨ ਇਹ ਵੀ ਹੋਇਆ ਕਿ ਜੌਬਾਂ ਬਹੁਤ ਗਈਆਂ ਹੈ, ਬਿਜ਼ਨਸ ਬਹੁਤ ਠੱਪ ਹੋ ਗਏ। ਪਹਿਲਾਂ ਕੀ ਸੀ ਕਿ ਲੋਕ ਰੈਸਟੋਰੈਂਟ ਹੋ ਗਏ, ਬਿਜ਼ਨਸ ਬਹੁਤ ਜ਼ਿਆਦਾ ਗਰੋ ਕਰ ਰਿਹਾ ਸੀ ਬਿਜ਼ਨਸ, ਬਟ ਹੁਣ ਬਿਲਕੁਲ ਜਿਵੇਂ ਤੁਸੀਂ ਕਹਿ ਸਕਦੇ ਹੋ ਕਿਉਂਕਿ ਸਾਰੇ ਘਰੋਂ ਕੰਮ ਹੋ ਗਏ, ਲੋਕਡਾਊਨ ਸਟਾਰਟ ਹੋ ਗਏ। UK 'ਚ ਤਾਂ ਹੁਣ ਲੋਕਡਾਊਨ ਹੀ ਚੱਲ ਹੀ ਰਿਹਾ, 1 ਸਾਲ ਹੀ ਹੋ ਗਿਆ, ਲੋਕਡਾਊਨ ਹੀ ਚੱਲ ਰਿਹਾ। ਸੋ ਬਟ ਫਿਰ ਵੀ ਨੈਗੇਟਿਵ ਪੋਜ਼ੀਟਿਵ ਦੋਨੇ ਤਰਫ ਹਮੇਸ਼ਾ ਹੁੰਦਾ ਹੈ। ਆਪਾਂ ਅਗਰ ਲਾਈਏ ਕਿ 1 ਸਿੱਕੇ ਦੇ 2 ਪਹਿਲੂ ਹੁੰਦੇ ਆ, ਤਾਂ ਉਵੇਂ ਹੈਗਾ ਹੀ ਹੈ, ਪੋਜ਼ੀਟਿਵ ਵੀ ਹੈ, ਨੈਗੇਟਿਵ ਵੀ ਹੈ। ਬਟ ਐਂ ਆ ਵੀ ਹੁਣ ਵੈਕਸੀਨ ਜਿਹੜੀ ਹੈ ਉਹ ਸਟਾਰਟ ਹੋ ਗਈ ਹੈ, ਘਰਦਿਆਂ ਦੀ ਵੈਕਸੀਨ ਲੱਗ ਚੁੱਕੀ ਹੈ, ਅਤੇ 2nd ਡੋਜ਼ ਆਈ ਥਿੰਕ ਚੱਲਣੀ ਉਹਨਾਂ ਦੀ। ਬਟ ਸਾਡੀ ਜਿਹੜੀ ਹੈ ਜਿਹੜੀ ਅਡਲਟ ਦੀ, ਲੱਕ ਜੋ ਵੀ ਪਾਣੀ ਆਉਣ ਲੱਗ ਗਿਆ, ਨਹੀਂ ਠੰਡ ਹੈ, ਅਤੇ ਜਿਹੜੀ ਅਡਲਟ ਦੀ ਹੈ ਜਿਹੜੀ ਵੈਕਸੀਨ, ਉਹ ਆਈ ਥਿੰਕ ਅਰਾਊਂਡ ਜੂਨ ਦੇ ਵਿੱਚ UK ਦੇ ਵਿੱਚ ਸਟਾਰਟ ਹੋ ਜਾਏਗੀ। ਤੋ ਅਤੇ ਆਪਾਂ No. 1  'ਤੇ ਹੋਣਾ, ਲਵਾ ਲੈਣੀ ਆਪਾਂ ਨੇ ਜਲਦੀ ਤੋਂ ਜਲਦੀ, ਡਜ਼ਨ ਮੈਟਰ ਐਸਟਰਾਜੈਨਿਕਾ ਹੈ, ਫਾਈਜ਼ਰ ਹੈ, ਕਿਹੜੀ ਵੀ ਹੈ। ਜਦੋਂ ਲੋਕਡਾਊਨ ਸਟਾਰਟ ਹੋਇਆ ਸੀ ਉਦੋਂ ਪਤਾ ਹੀ ਨਹੀਂ ਸੀ ਕਿਸੇ ਨੂੰ ਕਿ ਹੈ ਕੀ ਹੈ, ਕਿ ਕਿਵੇਂ ਯੂਜ਼ ਟੂ ਹੋਣਾ ਹੈ। ਸਾਰੀ ਕੰਪਨੀਆਂ 'ਚ ਕਹਿਤਾ ਵੀ ਚਲੋ ਘਰੋਂ ਕੰਮ ਕਰਨਾ ਜੀ, ਸਟਾਰਟ ਹੋ ਗਏ, ਘਰੋਂ ਕੰਮ ਕਰਨਾ ਸ਼ੁਰੂ ਹੋ ਗਏ, ਬਟ ਯੂਜ਼ ਟੂ ਨਹੀਂ ਹੋ ਪਾ ਰਹੇ ਸੀ। ਮੈਂ ਤਾਂ ਮੈਨੂੰ ਘੱਟੋ ਘੱਟ 7-8 ਮਹੀਨੇ ਲੱਗ ਗਏ ਯੂਜ਼ ਟੂ ਹੋਣ ਲਈ ਵੀ ਘਰੋਂ ਕੰਮ ਕਰਨਾ ਮੈਂ, ਕਿਉਂਕਿ ਮੇਰੀ ਆਦਤ ਸੀ ਕਿ ਬਾਹਰ ਜਾਣਾ, ਮੈਨੂੰ ਬਾਹਰ ਜਾਣਾ ਬਹੁਤ ਉਹ ਹੈ, ਮੈਨੂੰ ਹਮੇਸ਼ਾ ਖਾਜ ਹੁੰਦੀ ਰਹਿੰਦੀ ਹੈ ਵੀ ਮੈਂ ਬਾਹਰ ਚਲੇ ਜਾਵਾਂ, ਡਰਾਈਵ 'ਤੇ ਚਲੇ ਜਾਵਾਂ ਜਾਂ ਕਿਤੇ ਵੀ ਚਲੇ ਜਾਵਾਂ, ਸਾਰਿਆਂ ਨੂੰ ਹੁੰਦੀ ਹੈ। ਸੋ ਕਿਉਂਕਿ ਮੇਰਾ ਆਫਿਸ ਸੈਂਟਰ ਲੰਡਨ ਦੇ ਵਿੱਚ ਹੈ, ਅਤੇ ਥੇਮਸ ਰਿਵਰ ਦੇ ਨੇੜੇ ਹੈ,
ਤੇ ਅਸੀਂ ਵਾਕ ਵੂਕ ਕਰਦੇ ਰਹਿੰਦੇ ਸੀ, ਵਧੀਆ ਚਹਿਲ ਪਹਿਲ ਜੀ ਦਿਖਦੀ ਰਹਿੰਦੀ ਸੀ, ਬਟ ਇਹਦੇ ਕਰਕੇ ਹੁਣ ਬਿਲਕੁਲ ਹੀ ਠੱਪ, ਪਤਾ ਹੀ ਨਹੀਂ ਹੈਗਾ। ਸੋ ਯੂਜ਼ ਟੂ ਹੋਣ ਲਈ ਮੈਨੂੰ 7 ਤੋਂ 8 ਮਹੀਨੇ ਲੱਗ ਗਏ, 7 ਤੋਂ 8 ਮਹੀਨੇ ਲੱਗ ਗਏ ਯੂਜ਼ ਟੂ ਹੋਣ ਲਈ। ਬਟ ਸਭ ਤੋਂ ਜ਼ਿਆਦਾ ਜੋ ਮੈਨੂੰ ਲੋਕਡਾਊਨ ਦਾ ਬੁਰੀ ਚੀਜ਼ ਲੱਗੀ ਹੈ, ਹੁਣ ਵੀ ਹੈ, ਹੁਣ ਪਤਾ ਨਹੀਂ ਇਹ ਕਦੋਂ ਹੁਣ ਇਹਨਾਂ ਓਪਨ ਹੋਣਾ ਪ੍ਰੋਪਰ ਰਿਸਟ੍ਰਿਕਸ਼ਨ, ਸਭ ਤੋਂ ਜ਼ਿਆਦਾ ਜੋ ਮੈਨੂੰ ਲੱਗੀ ਹੈ ਕਿ ਮੈਂ ਯੂਜ਼ ਟੂ ਹੋ ਗਿਆ, ਫੈਮਿਲੀ ਯੂਜ਼ ਟੂ ਹੋ ਗਈ ਹੈ, ਹੁਣ ਆਫਿਸ ਜਾਣ ਦਾ ਠੀਕ ਹੈ, ਜੇ ਚਲੇ ਵੀ ਗਏ ਠੀਕ ਹੈ, ਨਹੀਂ ਨਹੀਂ ਵੀ ਸੀ। ਸਭ ਤੋਂ ਜ਼ਿਆਦਾ ਬੁਰੀ ਚੀਜ਼ ਹੈਗੀ ਹੈ ਇਸ ਟਾਈਮ ਵੀ ਲੋਕਡਾਊਨ, ਯੂ ਕਾਂਟ ਗੋ ਆਊਟਸਾਈਡ। ਇਹ ਸਭ ਤੋਂ ਜ਼ਿਆਦਾ ਮਤਲਬ ਜੋ ਮੈਨੂੰ ਹਿੱਟ ਕਰ ਰਹੀ ਹੈ, ਫੈਮਿਲੀ ਨੂੰ ਹਿੱਟ ਕਰ ਰਹੀ ਹੈ, ਸਾਰਿਆਂ ਨੂੰ ਹਿੱਟ ਕਰ ਰਹੀ ਹੈ। ਮੈਂ ਆਪਣੀ ਗੱਲ ਕਰ ਰਿਹਾ ਕਿਉਂਕਿ ਵੀਡੀਓ ਮੈਂ ਆਪਣੇ 'ਤੇ ਬਣਾ ਰਿਹਾ, ਅਤੇ ਉਹ ਯੂਜ਼ ਟੂ ਨਹੀਂ ਹੋ ਪਾ ਰਿਹਾ ਮੈਂ। ਤੁਸੀਂ ਮਿਲ ਨਹੀਂ ਸਕਦੇ, ਫੈਮਿਲੀ ਨੂੰ ਨਹੀਂ ਮਿਲ ਸਕਦੇ, ਤੁਸੀਂ ਬਾਹਰ ਜਾ ਨਹੀਂ ਸਕਦੇ, ਤੁਸੀਂ ਵੈਕੇਸ਼ਨਸ 'ਤੇ ਨਹੀਂ ਜਾ ਸਕਦੇ। ਹੁਣ ਤਾਂ ਇਹ ਹਾਲ ਹੋ ਗਿਆ ਕਿ UK ਗੌਰਮੈਂਟ ਨੇ ਇਹ ਕਹਿਤਾ ਕਿ £5,000 ਫਾਈਨ ਲੱਗੇਗਾ ਅਗਰ ਕੋਈ ਆਊਟ ਆਫ UK ਜਾਏਗਾ ਵਿਦਆਊਟ ਐਨੀ ਵੈਲਿਡ ਰੀਜ਼ਨ। ਹੁਣ ਤੁਸੀਂ ਲਾ ਲਓ ਸਾਹਿਬ, £5,000 ਮਤਲਬ ਜਾ ਨਹੀਂ ਸਕਦੇ। ਸੋ ਇਹ ਟਰਾਈ ਕਰ ਰਹੇ ਹਾਂ ਜ਼ਿਆਦਾ ਤੋਂ ਜ਼ਿਆਦਾ ਵੈਕਸੀਨ ਲੱਗੇ, ਲੋਕ ਇਮਿਊਨ ਹੋਣ। ਬਾਕੀ ਕਰੀਏ ਗੱਲ ਹੁਣ ਜੋਬਸ ਦੀ, ਬਹੁਤ ਬਹੁਤ ਜ਼ਿਆਦਾ ਲੋਕਾਂ ਦੀ ਜੋਬਸ ਗਈਆਂ, ਅਤੇ ਬਹੁਤ ਜ਼ਿਆਦਾ ਲੋਕਾਂ ਨੇ ਇਹ ਵੀ ਸੋਚਿਆ ਹੈ ਕਿ ਯਾਰ ਕੀ ਕਿੱਥੇ ਲੋਕਡਾਊਨ 'ਚ ਚਾਹੇ ਬਾਹਰ ਨਹੀਂ ਜਾ ਸਕਦੇ, ਸਾਡੀਆਂ ਜੋਬਾਂ ਘਰੋਂ ਕੰਮ ਕਰਨਾ ਪੈਣਾ। ਪਰ ਇੱਕ ਗੱਲ ਇਹ ਵੀ ਸੀ ਕਿ ਬਹੁਤ ਲੋਕਾਂ ਦੀ ਜੋਬਸ ਗਈਆਂ ਹੈ, 10% ਉਹਨਾਂ ਦੀਆਂ ਜੋਬਸ ਦੀਆਂ ਮੀਨਸ ਉਹਨਾਂ ਦੀ ਡਿਡਕਸ਼ਨ ਹੋ ਗਈ ਸੈਲਰੀ 'ਚੋਂ, ਜੋਬਸ ਚਲੇ ਵੀ ਗਈਆਂ ਹੈ, ਠੀਕ ਹੈ, ਤਾਂ ਟੋਟਲੀ ਬਿਜ਼ਨਸ ਬੰਦ ਹੋ ਗਏ, ਸਾਰੇ ਬਿਜ਼ਨਸ ਟੋਟਲੀ ਠੱਪ ਹੋ ਗਏ, ਜੋਬ ਚਲੇ ਗਈਆਂ। ਸੋ ਇਹ ਉਹ ਚੀਜ਼ ਦੇਖ ਕੇ ਥੋੜ੍ਹਾ ਜਿਹਾ ਬਾਬੇ ਅੱਗੇ ਮਿਹਰ, ਬਾਬੇ ਅੱਗੇ ਅਰਦਾਸ ਕਰਦੇ ਸੀ ਕਿ ਯਾਰ ਸਾਨੂੰ, ਅਸੀਂ ਸਾਡੇ ਕੋਲ ਫਿਰ ਵੀ ਜੋਬਸ ਹੈਗੀਆਂ, ਅਸੀਂ ਘਰੋਂ ਭਾਵੇਂ ਕੰਮ ਕਰ ਰਹੇ ਹਾਂ ਪਰ ਸਾਡੇ ਕੋਲ ਜੋਬਸ ਤਾਂ ਹੈਗੀਆਂ, ਸਾਡੇ ਹੱਥ 'ਚ ਪੈਸਾ ਤਾਂ ਆ ਰਿਹਾ, ਅਸੀਂ ਸਰਵਾਈਵ ਤਾਂ ਕਰ ਰਹੇ ਹਾਂ। ਸੋ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਜਿਨ੍ਹਾਂ ਦੀ ਜੋਬਸ ਗਈ ਹੈ ਸਾਰਿਆਂ ਨੂੰ ਜਲਦੀ ਜਲਦੀ ਸੋਰਟ ਆਊਟ ਹੋਵੇ। ਪਰ UK ਗੌਰਮੈਂਟ ਨੇ ਕਾਫੀ ਹੈਲਪ ਵੀ ਕੀਤੀ ਹੈ, ਫਰਲੋ ਸਕੀਮ ਹੋ ਗਈ ਹੈ, ਕਾਫੀ ਕੀਤੀ ਹੈ, ਮੈਨੂੰ ਦੂਜਿਆਂ ਦਾ ਪਤਾ ਨਹੀਂ ਹੈ ਬਟ ਫਾਇਦਾ ਰਿਹਾ ਹੈ। ਬਾਕੀ ਇੱਕ ਹੋਰ ਗੱਲ ਐਂਡ ਦੇ ਵਿੱਚ, ਜਦੋਂ ਮੈਨੂੰ ਕੰਮ 'ਤੇ ਸਟ੍ਰੈਸ ਹੁੰਦੀ ਸੀ ਜਾਂ ਮਿਸਿਸ ਨੂੰ ਕੰਮ 'ਤੇ ਸਟ੍ਰੈਸ ਹੁੰਦੀ ਸੀ ਤਾਂ ਅਸੀਂ ਇੱਕ ਦੂਜੇ ਨਾਲ ਗੱਲਾਂ ਕਰਦੇ ਸੀ, ਅਸੀਂ ਸੋਰਟ ਆਊਟ ਕਰਨ ਦੀ ਟਰਾਈ ਕਰਦੇ ਹਾਂ, ਹੁਣ ਵੀ ਹੈ, ਕਿਉਂਕਿ ਮੈਂ ਪਹਿਲਾਂ ਦੀ ਤਾਂ ਗੱਲ ਕਰ ਰਿਹਾ ਕਿਉਂਕਿ ਉਸ ਟਾਈਮ ਲੋਕਡਾਊਨ ਸਟਾਰਟ ਹੋਇਆ ਸੀ ਤਾਂ ਬਹੁਤ ਜ਼ਿਆਦਾ ਹੌਚ ਪੌਚਾ ਹੋ ਗਿਆ, ਕੰਮ ਕਿਵੇਂ ਕਰੀਏ, ਹੈਂਡਲ ਕਿਵੇਂ ਕਰਨਾ, ਵਰਕ ਫਰੋਮ ਹੋਮ, ਸਾਰਿਆਂ ਦਾ ਹੀ ਹਾਲ ਸੀ, ਤਾਂ ਅਸੀਂ ਇੱਕ ਦੂਜੇ ਨਾਲ ਗੱਲ ਕਰਦੇ ਸੀ। ਸਾਨੂੰ ਇਹ ਹੈ, ਕਈ ਵਾਰ ਤਾਂ ਇਹ ਵੀ ਰਿਹਾ ਕਿ ਮੈਨੂੰ ਇਹ ਵੀ ਫੀਲ ਹੋਇਆ ਕਿ ਯਾਰ ਮੈਂ ਜੋਬ ਛੱਡ ਦੇਣੀ ਹੈ, ਮੈਂ ਕੋਈ ਹੋਰ ਲੱਭਦਾ, ਬਟ ਫਿਰ ਅਸੀਂ ਬੈਠ ਕੇ ਮਿਸਿਜ਼ ਨਾਲ ਮੈਂ ਗੱਲ ਕਰਦਾ ਸੀ, ਠੀਕ ਹੈ, ਅਤੇ ਗੱਲ ਕਰਨੀ ਹੈ ਤਾਂ ਅਸੀਂ ਸੋਰਟ ਆਊਟ ਕਰਨਾ ਵੀ ਨਹੀਂ, ਕਾਮ ਡਾਊਨ ਹੋਈਏ, ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕਰਨਾ ਸਾਰਾ ਕੁਝ। ਸੋ ਮੈਂ ਜਿਹੜੀ ਗੱਲ ਇਹ ਸਮਝਾਉਣਾ ਚਾਹੁੰਦਾ ਤੁਹਾਨੂੰ, ਇਹ ਕੱਲ੍ਹ ਕਿਉਂ ਮੈਂ ਦੱਸ ਰਿਹਾ, ਇਹ ਮੈਂ ਇਸ ਕਰਕੇ ਦੱਸ ਰਿਹਾ ਕਿ ਕੋਈ ਵੀ ਤੁਹਾਡੇ ਮਨ 'ਚ ਮੈਂਟਲੀ ਤੁਸੀਂ ਅਪਸੈਟ ਹੋ, ਸਟ੍ਰੈਸ ਹੈ, ਤੁਹਾਨੂੰ ਕਿਸੇ ਨਾਲ ਸ਼ੇਅਰ ਕਰੋ, ਕੋਈ ਦੋਸਤ ਨਾਲ, ਕੋਈ ਭਾਈ ਨਾਲ, ਕੋਈ ਭੈਣ ਨਾਲ, ਆਪਣੇ ਫਾਦਰ ਨਾਲ, ਮਦਰ ਨਾਲ, ਠੀਕ ਹੈ, ਗੱਲ ਸ਼ੇਅਰ ਕਰੋ, ਤੁਹਾਡਾ ਦਿਲ ਹਲਕਾ ਹੋਊਗਾ। ਸੋਰਟ ਆਊਟ ਕਰਨ ਦੀ ਟਰਾਈ ਕਰੋ, ਪਰ ਕੋਈ ਸਟੈਪ ਨਾ ਚੱਕਿਓ, ਕੋਈ ਵੀ ਇਹੋ ਜਿਹਾ ਸਟੈਪ ਨਾ ਚੱਕਿਓ, ਕਿਉਂਕਿ ਜਦ ਤੁਸੀਂ ਬਾਹਰ ਆਉਂਦੇ ਹੋ ਨਾ, ਬਹੁਤ ਜ਼ਿਆਦਾ ਤੁਸੀਂ ਆਪਣੇ ਆਪ ਨੂੰ ਲੋਨਲੀ ਫੀਲ ਕਰਦੇ ਹੋ, ਜ਼ਰੂਰੀ ਨਹੀਂ UK ਦੇ ਵਿੱਚ ਹੀ, ਕਿਸੇ ਵੀ ਕੰਟਰੀ 'ਚ ਲੈ ਜਾਓ, ਤੁਸੀਂ ਬਹੁਤ ਜ਼ਿਆਦਾ ਲੋਨਲੀ ਫੀਲ ਕਰਦੇ ਹੋ ਸਟਾਰਟਿੰਗ ਦੇ ਵਿੱਚ, ਬਟ ਜਿਵੇਂ ਜਿਵੇਂ ਆਦਤ ਪੈਂਦੀ ਰਹਿੰਦੀ ਹੈ, ਸਾਰਾ ਕੁਝ ਠੀਕ ਹੁੰਦਾ ਰਹਿੰਦਾ ਹੈ, ਤੁਹਾਨੂੰ ਪਤਾ ਹੁੰਦਾ ਰਹਿੰਦਾ ਵੀ ਮੈਂ ਕਿਵੇਂ ਇਸ ਸਿਚੁਏਸ਼ਨ ਨੂੰ ਹੈਂਡਲ ਕਰਨਾ, ਸੋ ਸਭ ਕੁਝ ਸੈੱਟ ਹੋ ਜੂਗਾ, ਹੈ ਹੋ ਜਾਣਾ ਸੈੱਟ, ਪਰ ਗੱਲ ਸ਼ੇਅਰ ਕਰੋ, ਜਿੰਨੀ ਤੁਸੀਂ ਗੱਲ ਕਿਸੇ ਨਾਲ ਸ਼ੇਅਰ ਕਰੋਗੇ ਤੁਹਾਡੇ ਮਨ ਨੂੰ ਹਲਕਾ ਹੋਊਗਾ, ਤੁਹਾਡਾ ਫਿਊਚਰ ਥੋੜ੍ਹਾ ਸਹੀ ਹੋਊਗਾ, ਤੁਹਾਨੂੰ ਮੈਂਟਲੀ ਥੋੜ੍ਹਾ ਜਿਹਾ ਸਕੂਨ ਮਿਲੂਗਾ, ਯਾਰ ਮੈਂ ਗੱਲ ਸ਼ੇਅਰ ਕਰ ਲਈ ਹੈ, ਅਤੇ ਉਸ ਗੱਲ ਦਾ ਸਲਿਊਸ਼ਨ ਹੋਊਗਾ। ਸੋ ਥੋੜ੍ਹਾ ਜਿਹਾ ਧਿਆਨ ਨਾਲ ਗੱਲ ਸ਼ੇਅਰ ਕਰਿਓ, ਬਹੁਤ ਚੀਜ਼ਾਂ ਹੋ ਗਈਆਂ, ਬਹੁਤ ਚੀਜ਼ਾਂ ਹੋਈਆਂ, ਅੱਛੀਆਂ ਅੱਛੀਆਂ ਚੀਜ਼ਾਂ, ਬੁਰੀਆਂ ਬੁਰੀਆਂ ਚੀਜ਼ਾਂ, ਬਟ ਸਾਰੀਆਂ ਚੀਜ਼ਾਂ ਨੂੰ ਅਵੋਇਡ ਕਰਦੇ ਜਿਹੜੇ ਨੈਗੇਟਿਵ ਹੈ, ਸਾਰੇ ਸਿਰਫ ਪੋਜ਼ੀਟਿਵ ਦੇਖਦੇ ਹੋਏ ਮੈਂ ਤਾਂ ਅੱਗੇ ਵਧਿਆ ਹੈ। ਅਤੇ ਇਸੇ ਨੋਟ 'ਤੇ ਮੈਂ ਰਨਿੰਗ ਵੀ ਸ਼ੁਰੂ ਕੀਤੀ ਹੈ ਆਪਣੀ, 15 ਦਿਨ ਹੋ ਗਏ ਅਜੇ, ਪਤਾ ਨਹੀਂ ਹੁਣ ਕਿੰਨੀ ਦੇਰ ਤੱਕ ਹੋਰ ਚੱਲਣੀ ਹੈ, ਬਟ ਵਿਊ ਦੇਖੋ ਤੁਸੀਂ, ਇਹ ਹੈ ਵਿਊ, ਇੱਥੇ ਆਈਦਾ, ਵੋਕ ਕਰੀਦਾ, ਰਨਿੰਗ ਕਰੀਦੀ ਹੈ, ਬਾਕੀ ਸਮਰ ਆ ਗਈ ਹੈ, ਹੁਣ ਕਰਨਾ ਆਪਾਂ ਇੰਜੋਏ। ਲਾਗੇ ਸਾਰੇ ਕੋਈ ਫੁੱਟਬਾਲ ਖੇਡ ਰਿਹਾ, ਕੋਈ ਸਾਈਕਲਿੰਗ ਕਰ ਰਿਹਾ, ਕੋਈ ਕੁਛ ਕਰ ਰਿਹਾ, ਆਪਾਂ ਨੇ ਵੀ ਹੁਣ ਬਸ ਸਮਰ ਦੀ ਵੇਟ ਕੀਤੀ ਹੈ ਬਹੁਤ ਜ਼ਿਆਦਾ, ਸਪੈਸ਼ਲੀ ਲੋਕਡਾਊਨ ਦੇ ਵਿੱਚ। ਸੋ ਹੁਣ ਆਪਾਂ ਨੇ ਇੰਜੋਏ ਕਰਨਾ, ਅਤੇ ਵੀਡੀਓ ਆਉਣਗੀਆਂ ਨਵੀਆਂ ਨਵੀਆਂ। ਚੰਗਾ ਜੀ, ਮਿਲਦਾ ਤੁਹਾਨੂੰ ਸਾਰਿਆਂ ਨੂੰ, ਭੱਜੀਏ ਹੁਣ ਥੋੜ੍ਹਾ ਜਿਹਾ ਦੁਬਾਰਾ, ਰੱਬ ਰੱਖਾ ਫਤਿਹ।